ਵੈਲਕਮ ਟੂ ਡੀਜੀਐਮ ਐਜੂਕੇਸ਼ਨ ਚੈਨਲ ਇਸ ਵੀਡੀਓ 'ਚ ਅਸੀਂ ਪੰਜਾਬੀ ਦੇ ਕੁਝ ਹੋਰ ਇੰਪੋਰਟੈਂਟ ਕੁਐਸਚਨ ਕਰ ਰਹੇ ਹਾਂਗੇ ਜੋ ਕਿ ਪੰਜਾਬ ਈਟੀਟੀ ਸਕਰੀਨਿੰਗ ਟੈਸਟ ਐਂਡ ਮਾਸਟਰ ਕੇਡਰ ਦਾ ਜੋ ਪੰਜਾਬੀ ਦਾ ਐਗਜ਼ਾਮ ਹੋਣ ਵਾਲਾ ਉਸ ਲਈ ਹੈ ਜੀ ਤਾਂ ਕੁਐਸਚਨ ਨੰਬਰ 43 ਇਸ ਤੋਂ ਪਹਿਲਾਂ ਵਾਲੀਆਂ ਵੀਡੀਓ ਜੋ ਜਿਸ ਨੇ ਨਹੀਂ ਦੇਖੀਆਂ ਉਹਨਾਂ ਦਾ ਲਿੰਕ ਇਸ ਡਿਸਕ੍ਰਿਪਸ਼ਨ ਵਿੱਚ ਦਿੱਤਾ ਜਾਏਗਾ ਵੀਡੀਓ 'ਚ ਤਾਂ ਤੁਸੀਂ ਉਸ ਤੇ ਕਲਿੱਕ ਕਰਕੇ ਚੈੱਕ ਉਸ ਨੂੰ ਦੇਖ ਸਕਦੇ ਹੋਗੇ ਹਾਂਜੀ ਕੁਐਸਚਨ ਨੰਬਰ 43 ਹੇਠ ਲਿਖਿਆ ਵਿੱਚੋਂ ਗੱਭਰੂ ਸ਼ਬਦ ਦਾ ਇਸਤਰੀ ਲਿੰਗ ਕਿਹੜਾ ਹੋਵੇਗਾ ਇਹ ਗੱਭਰੂ ਦਾ ਇਸਤਰੀ ਲਿੰਗ ਹੋਵੇਗਾ ਜੀ ਮਟਿਆਰ ਫਿਰਲਾ ਆਪਸ਼ਨ ਫਸਟ ਆਪਸ਼ਨ ਜੀ ਦਾ ਕਰੈਕਟ ਆਪਸ਼ਨ ਨੈਕਸਟ ਕੁਐਸਚਨ ਕਿਸੇ ਸ਼ਬਦ ਦੇ ਇੱਕ ਜਾਂ ਇੱਕ ਤੋਂ ਵੱਧ ਭੇਦਾਂ ਬਾਰੇ ਜਾਣਕਾਰੀ ਦੇਣ ਵਾਲੇ ਸ਼ਬਦ ਰੂਪਾਂ ਨੂੰ ਕੀ ਆਖਦੇ ਹਨ ਤਾਂ ਜਿਹੜੀ ਸਾਨੂੰ ਜਾਣਕਾਰੀ ਮਿਲਦੀ ਹੈ ਜੀ ਕਿਸੇ ਸ਼ਬਦ ਦੇ ਇੱਕ ਜਾਂ ਇੱਕ ਤੋਂ ਵੱਧ ਭੇਦਾਂ ਬਾਰੇ ਜਾਣਕਾਰੀ ਦੇਣ ਵਾਲੇ ਸ਼ਬਦ ਰੂਪਾਂ ਨੂੰ ਕੀ ਆਖਿਆ ਜਾਂਦਾ ਜੀ ਤਾਂ ਉਸ ਨੂੰ ਅਕਸੀ ਆਖਿਆ ਜਾਂਦਾ ਹੈ ਜੋਜਕ ਨੈਕਸਟ ਕੁਐਸਚਨ ਹੈ ਜੀ ਜੋ ਸ਼ਬਦ ਨਾਮ ਦੀ ਥਾਂ ਤੇ ਵਰਤਿਆ ਜਾਵੇ ਉਸ ਨੂੰ ਕੀ ਕਿਹਾ ਜਾਂਦਾ ਹੈ ਉਸ ਨੂੰ ਕਿਹਾ ਜਾਂਦਾ ਹੈ ਜੀ ਪੜਨਾਮ ਸੈਕਿੰਡ ਆਪਸ਼ਨ ਜਿਹਦਾ ਕਰੈਕਟ ਆਪਸ਼ਨ ਪੜਨਾਮ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ ਪੜਨਾਮ ਦੀਆਂ ਜੀ 6 ਕਿਸਮਾਂ ਹੁੰਦੀਆਂ ਨਾਮ ਦੀਆਂ 5 ਹੁੰਦੀਆਂ ਵਿਸ਼ੇਸ਼ਣ ਦੀਆਂ ਵੀ 5 ਹੁੰਦੀਆਂ ਨੇ ਕਿਰਿਆ ਵਿਸ਼ੇਸ਼ਣ ਦੀਆਂ 8 ਹੁੰਦੀਆਂ ਨੇ ਕਾਰਕ 8 ਕਿਸਮ ਦੇ ਹੁੰਦੇ ਨੇ ਤਾਂ ਇਹ ਕੁਝ ਇੰਪੋਰਟੈਂਟ ਕੁਐਸਚਨ ਇਸ ਤਰ੍ਹਾਂ ਦੇ ਨੇ ਇਹ ਪੰਜਾਬੀ ਗ੍ਰਾਮਰ ਨਾਲ ਰਿਲੇਟਡ ਨੇ ਤਾਂ ਪੜਨਾਮ ਦੀਆਂ ਕਿਸਮਾਂ ਹੁੰਦੀਆਂ ਜੀ 6 ਆਪਸ਼ਨ ਸੈਕਿੰਡ ਜਿਹਦਾ ਕਰੈਕਟ ਆਪਸ਼ਨ ਕਿਹੜੇ ਸ਼ਬਦ ਪੜਨਾਮ ਵੀ ਹੋਣ ਤੇ ਜੋਜਕਾਂ ਵਾਂਗ ਜੋਜਕਾਂ ਵਾਂਗ ਵਾਕਾਂ ਨੂੰ ਵੀ ਜੋੜਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਤਾਂ ਉਹਨਾਂ ਨੂੰ ਕਿਹਾ ਜਾਂਦਾ ਜੀ ਸੰਬੰਧਵਾਚਕ ਪੜਨਾਮ ਜਿਹੜੇ ਪੜਨਾਮ ਵੀ ਹੋਣ ਤੇ ਜੋਜਕਾਂ ਦੇ ਵਾਂਗ ਵਾਕਾਂ ਨੂੰ ਜੋੜਨ ਉਹਨਾਂ ਨੂੰ ਸੰਬੰਧਵਾਚਕ ਕਿਹਾ ਜਾਂਦਾ ਜੀ ਤਾਂ ਸੈਕੰਡ ਆਪਸ਼ਨ ਜੀ ਦਾ ਕਰੈਕਟ ਆਪਸ਼ਨ ਨੈਕਸਟ ਕੁਐਸਚਨ ਜਿਹੜੇ ਸ਼ਬਦ ਪੜਨਾਮ ਵੀ ਹੋਣ ਤੇ ਪ੍ਰਸ਼ਨ ਵੀ ਪਤਾ ਕਰਨ ਤਾਂ ਜਿਵੇਂ ਅਸੀਂ ਕਹਿੰਦੇ ਹਾਂ ਕੌਣ ਆਇਆ ਕੌਣ ਪੜ ਰਿਹਾ ਹੈ ਤੇ ਜਿਹੜਾ ਕੌਣ ਸ਼ਬਦ ਹੈ ਪ੍ਰਸ਼ਨ ਵੀ ਪੈਦਾ ਕਰ ਰਿਹਾ ਹੈ ਤੇ ਪੜਨਾਮ ਵੀ ਹੈ ਜਾਨੀ ਕਿ ਕਿਸੇ ਦੇ ਥਾਂ ਦੇ ਵਰਤਿਆ ਜਾ ਰਿਹਾ ਹੈ ਤਾਂ ਇਸ ਕਰਕੇ ਅਸੀਂ ਇਹਨੂੰ ਬੋਲਦੇ ਹਾਂ ਪ੍ਰਸ਼ਨਵਾਚਕ ਪੜਨਾਮ ਥਰਡ ਆਪਸ਼ਨ ਇਸ ਦਾ ਕਰੈਕਟ ਆਪਸ਼ਨ ਜੀ ਨੈਕਸਟ ਕੁਐਸਚਨ ਜਿਹੜੇ ਸ਼ਬਦ ਅਸੀਂ ਆਪਣੇ ਜਾਂ ਦੂਜੇ ਪੁਰਖਾਂ ਦੇ ਨਾਂ ਦੀ ਥਾਂ ਤੇ ਵਰਤਦੇ ਹਾਂ ਉਹਨਾਂ ਨੂੰ ਕਿਹਾ ਜਾਂਦਾ ਹੈ ਜੀ ਪੁਰਖਵਾਚਕ ਪੜਨਾਮ ਪੁਰਖਵਾਚਕ ਪੜਨਾਮ ਤਾਂ ਪੁਰਖਾਂ ਦੇ ਲਈ ਵਰਤੇ ਜਾਂਦੇ ਜਿਹੜੇ ਪੁਰਖਵਾਚਕ ਪੜਨਾਮ ਹੈ ਜੀ ਨੈਕਸਟ ਕੁਐਸਚਨ ਹੈ ਜਿਹੜਾ ਜਿਹੜਾ ਪੜਨਾਮ ਕਰਤਾ ਨਾਲ ਆ ਕੇ ਉਸ ਦੀ ਵਿਸ਼ੇਸ਼ਤਾ ਦੱਸੇ ਜਾਂ ਜਿਹੜਾ ਕਰਤਾ ਦੀ ਥਾਂ ਤੇ ਵਰਤਿਆ ਜਾਵੇ ਤਾਂ ਉਸ ਨੂੰ ਬੋਲਦੇ ਆ ਜੀ ਨਿਜ ਵਚਕ ਪੜਨਾਮ ਥਰਡ ਆਪਸ਼ਨ ਇਹਦਾ ਡਾਇਰੈਕਟ ਆਪਸ਼ਨ ਹੈਗਾ ਤੇ ਪੜਨਾਮ ਦੇ ਵੱਖ-ਵੱਖ ਰੂਪ ਅਸੀਂ ਇਹਦੇ ਵਿੱਚ ਪੜ੍ਹ ਰਹੇ ਆਂਗੇ ਜੋ ਪ੍ਰੀਵੀਅਸ ਵੀਡੀਓ ਸੀ ਉਹਦੇ ਵਿੱਚ ਅਸੀਂ ਨਾਮ ਬਾਰੇ ਪੜਿਆ ਸੀ ਤਾਂ ਇਹਦੇ ਵਿੱਚ ਮੋਸਟਲੀ ਜ਼ਿਆਦਾ ਕੁਐਸਚਨ ਪੜਨਾਮ ਬਾਰੇ ਨੇ ਪੜਨਾਮ ਤੁਹਾਨੂੰ ਪਤਾ ਲੱਗਾ 6 ਕਿਸਮ ਦਾ ਹੁੰਦਾ ਤਾਂ ਉਹਦੇ ਵੱਖ-ਵੱਖ ਵੀ ਉਹਨਾਂ ਚ 6 ਕਿਹੜਾ ਕਿਹੜੀ ਟਾਈਪ ਦਾ ਹੁੰਦਾ ਹੈ ਤਾਂ ਇਸ ਦੇ ਵਿੱਚ ਅਸੀਂ ਦੇਖ ਰਹੇ ਆਂਗੇ ਨੈਕਸਟ ਕੁਐਸਚਨ ਹੈ ਜਿਹੜੇ ਪੜਨਾਮ ਸਾਹਮਣੇ ਦਿਸ ਰੀਆਂ ਚੀਜ਼ਾਂ ਲਈ ਇਸ਼ਾਰਾ ਦੇ ਤਾਂ ਇਸ਼ਾਰੇ ਦੇ ਤੌਰ ਤੇ ਵਰਤੇ ਜਾਂ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਹੁਣ ਜੇਕਰ ਸਾਡੇ ਸਾਹਮਣੇ ਮੰਨ ਲਓ ਬੱਚੇ ਖੇਡ ਰਹੇ ਨੇ ਤਾਂ ਅਸੀਂ ਕੀ ਕਹਾਂਗੇ ਕਿ ਜਦ ਤੱਕ ਕਹਾਂਗੇ ਬੱਚੇ ਖੇਡ ਰਹੇ ਨੇ ਕਿਸੇ ਹੋਰ ਨੂੰ ਦੱਸਣਾ ਹੋਵੇ ਜਾਂ ਕਵਾਂਗੇ ਉਹ ਖੇਡ ਰਹੇ ਨੇ ਤਾਂ ਇਹਦਾ ਮਤਲਬ ਇਸ਼ਾਰਾ ਕੀਤਾ ਗਿਆ ਠੀਕ ਹੈ ਤਾਂ ਉਹਨਾਂ ਵਾਸਤੇ ਅਸੀਂ ਕੀ ਬੋਲਦੇ ਹਾਂ ਜੀ ਨਿਸ਼ਚੇ ਵਾਚਕ ਪੜਨਾਮ ਤਾਂ ਸੈਕੰਡ ਆਪਸ਼ਨ ਇਹਦਾ ਕਰੈਕਟ ਆਪਸ਼ਨ ਹੈ ਕਿਉਂਕਿ ਨਿਸ਼ਚਿਤ ਹੈ ਸਾਨੂੰ ਪੱਕਾ ਕਨਫਰਮ ਹੈ ਕਿਉਂਕਿ ਸਾਡੇ ਸਾਹਮਣੇ ਖੇਡੀ ਜਾ ਰਹੇ ਨੇ ਸਾਡੇ ਸਾਹਮਣੇ ਉਹ ਦਿਸ ਰਹੇ ਨੇ ਹਾਂਜੀ ਨੈਕਸਟ ਕੁਐਸਚਨ ਜਿੰਨਾ ਪੜਨਾਵਾਂ ਤੋਂ ਕਿਸੇ ਚੀਜ਼ ਦਾ ਨਿਸ਼ਚਿਤ ਗਿਆਨ ਨਾ ਹੋਵੇ ਨਿਸ਼ਚਿਤ ਗਿਆਨ ਨਾ ਹੋਵੇ ਜਿਵੇਂ ਪਹਿਲਾਂ ਲਈ ਇਸ ਐਗਜ਼ਾਮ ਦੇ ਕੁਐਸਚਨ ਚ ਪੜਿਆਗਾ ਦੇਖਿਆਗਾ ਕੀ ਦੇਖਿਆ ਉਹਦੇ ਵਿੱਚ ਕਿ ਬੱਚੇ ਸਾਡੇ ਸਾਹਮਣੇ ਖੇਡ ਰਹੇ ਸੀ ਉਹ ਨਿਸ਼ਚਿਤ ਸੀ ਬਟ ਜਿਹੜਾ ਤੋਂ ਨਿਸ਼ਚਿਤ ਗਿਆਨ ਨਾ ਹੋਵੇ ਉਹ ਅਨਿਸ਼ਚਿਤ ਹੁੰਦਾ ਜੀ 3rd ਆਪਸ਼ਨ ਜੀ ਦਾ ਕਰੈਕਟ ਆਪਸ਼ਨ ਨੈਕਸਟ ਕੁਐਸਚਨ ਪੰਜਾਬੀ ਵਿਆਕਰਨ ਵਿੱਚ ਪੁਰਖ ਕਿੰਨੇ ਪ੍ਰਕਾਰ ਦੇ ਹੁੰਦੇ ਆ ਤਿੰਨ ਪ੍ਰਕਾਰ ਦੇ ਹੁੰਦੇ ਜੀ ਪੁਰਖ ਆਪਸ਼ਨ ਚੌਥਾ ਜੀ ਦਾ ਕਰੈਕਟ ਆਪਸ਼ਨ ਜੀ ਕਿਹੜੇ-ਕਿਹੜੇ ਹੁੰਦੇ ਆ ਉੱਤਮ ਮੱਧਮ ਇਸ ਤਰ੍ਹਾਂ ਦੇ ਨੈਕਸਟ ਕੁਐਸਚਨ ਹੈ ਜਿਹੜਾ ਇੰਪੋਰਟੈਂਟ ਕਾਫੀ ਹੈ ਜੋ ਕਰੇਗਾ ਸੋ ਭਰੇਗਾ ਵਿੱਚ ਜੋ ਅਤੇ ਸੋ ਸ਼ਬਦ ਕੀ ਨੇ ਇਸ ਨੂੰ ਧਿਆਨ ਨਾਲ ਦੇਖੋ ਜੋ ਕਰੇਗਾ ਸੋ ਭਰੇਗਾ ਤਾਂ ਮਤਲਬ ਜੋ ਕਰੇਗਾ ਹੁਣ ਜੋ ਜੋ ਜਿਹੜਾ ਜੋ ਹੈ ਇਹ ਹੀ ਜਿਹੜਾ ਮਤਲਬ ਵਰਤਿਆ ਗਿਆ ਸ਼ਬਦ ਇਹ ਕਿਸੇ ਵਿਅਕਤੀ ਦੀ ਥਾਂ ਤੇ ਜਾਂ ਕਿਸੇ ਗਰੁੱਪ ਦੀ ਥਾਂ ਤੇ ਵਰਤਿਆ ਗਿਆ ਵੀ ਜਿਹੜਾ ਗਰੁੱਪ ਜਾਂ ਜਿਹੜਾ ਵਿਅਕਤੀ ਕੁਝ ਕਰੂਗਾ ਉਹੀ ਭਰੂਗਾ ਤਾਂ ਜੋ ਕਰੇਗਾ ਜੋ ਕੀ ਇੱਕ ਪੜਨਾਵਾਂ ਗਿਆ ਸੋ ਭਰੇਗਾ ਇਹ ਕੀ ਆ ਗਿਆ ਆਪਣੇ ਕੋਲੇ ਮਤਲਬ ਜਿਹੜਾ ਕਰੇਗਾ ਉਹੀ ਭਰੇਗਾ ਇਸ ਨੂੰ ਅਸੀਂ ਕੀ ਦਰਸਾਵਾਂਗੇ ਇਹ ਜੀ ਸੰਬੰਧਵਾਚਕ ਪੜਨਾਮ ਹੈ ਸੰਬੰਧਵਾਚਕ ਪੜਨਾਮ ਹੈ ਕਿਉਂਕਿ ਇਹ ਸੰਬੰਧ ਦਰਸਾ ਰਿਹਾ ਹੈਗਾ ਠੀਕ ਹੈ ਜੀ ਨੈਕਸਟ ਕੁਐਸਚਨ ਹੈ ਜੀ ਸਾਰੇ ਕਈ ਕੁਝ ਸ਼ਬਦ ਇਹ ਕਿਹਨੇ ਸਾਰੇ ਕਈ ਕੁਝ ਸਭ ਇਹ ਕਿਹਨੇ ਸਾਰੇ ਦੇਖੋ ਮਤਲਬ ਬਹੁਤ ਸਾਰੇ ਸਾਰੇ ਇਹ ਸਾਡੇ ਕੋਲੇ ਕੀ ਹੈ ਜੀ ਅਨਿਸ਼ਚੇ ਵਾਚਕ ਪੜਨਾਮਾ ਹੁਣ ਸਾਰਿਆਂ ਦੇ ਵਿੱਚ ਸਾਨੂੰ ਇਹ ਨਹੀਂ ਪਤਾ ਕਿ ਕਿੰਨੇ ਆਉਣਗੇ ਜਾਂ ਕਿੰਨੇ ਨਹੀਂ ਆਉਣਗੇ ਠੀਕ ਹੈ ਥਰਡ ਆਪਸ਼ਨ ਇਹਦਾ ਕਰੈਕਟ ਆਪਸ਼ਨ ਹੈ ਜੀ ਅੱਗੇ ਤੂੰ ਅਸੀਂ ਤੇਰਾ ਤੁਹਾਡਾ ਸ਼ਬਦ ਇਹ ਕਿਨੇ ਜੀ ਤੂੰ ਹੋ ਗਿਆ ਤੇਰਾ ਹੋ ਗਿਆ ਤੁਹਾਡਾ ਹੋ ਗਿਆ ਇਹ ਜੀ ਹੈਗੇ ਆ ਮੱਧਮ ਪੁਰਖ ਤਾਂ ਤਿੰਨ ਤਰ੍ਹਾਂ ਦੇ ਪੁਰਖ ਆ ਸੀ ਪਹਿਲਾਂ ਕਰਿਆ ਦੇਖੋ ਉਤਮ ਹੁੰਦਾ ਮੱਧਮ ਹੁੰਦਾ ਤੇ ਅਨਿਆ ਪੁਰਖ ਹੁੰਦਾ ਕੌਣ ਕਿਸ ਨੇ ਕਿਹੜਾ ਸ਼ਬਦ ਹਨ ਤਾਂ ਅਸੀਂ ਕਰ ਚੁੱਕੇ ਹਾਂ ਇਹ ਕੌਣ ਇਹ ਹੈ ਜੀ ਪ੍ਰਸ਼ਨਵਾਚਕ ਪੜਨਾਮ ਉਹ ਸ਼ਬਦ ਜੋ ਨਾਮ ਜਾਂ ਪੜਨਾਮ ਦੇ ਗੁਣ ਜਾਂ ਔਗਣ ਦੱਸੇ ਤਾਂ ਉਸ ਨੂੰ ਬੋਲਦੇ ਆਂ ਅਸੀਂ ਜੀ ਵਿਸ਼ੇਸ਼ਣ ਸੈਕਿੰਡ ਆਪਸ਼ਨ ਇਹਦਾ ਕਰੈਕਟ ਆਪਸ਼ਨ ਆ ਵਿਸ਼ੇਸ਼ਣ ਕਿੰਨੀ ਪ੍ਰਕਾਰ ਦੇ ਹੁੰਦੇ ਅਸੀਂ ਕਰ ਚੁੱਕੇ ਹਾਂ ਪੰਜ ਪ੍ਰਕਾਰ ਦੇ ਹੁੰਦੇ ਆ ਨਾਮ ਵੀ ਪੰਜ ਪ੍ਰਕਾਰ ਦੇ ਹੁੰਦੇ ਆ ਪੜਨਾਮ ਛੇ ਪ੍ਰਕਾਰ ਦੇ ਹੁੰਦੇ ਆ ਕਾਰਕ ਅੱਠ ਪ੍ਰਕਾਰ ਦੇ ਹੁੰਦੇ ਆ ਤੇ ਕਿਰਿਆ ਵਿਸ਼ੇਸ਼ਣ ਵੀ ਅੱਠ ਪ੍ਰਕਾਰ ਦੇ ਹੁੰਦੇ ਆ ਅੱਗੇ ਹੈ ਜੀ ਕੁਐਸਚਨ ਤੁਲਨਾ ਦੇ ਪੱਖ ਤੋਂ ਗੁਣਵਾਚਕ ਵਿਸ਼ੇਸ਼ਣ ਕਿੰਨੇ ਤਰ੍ਹਾਂ ਦੇ ਹੁੰਦੇ ਆ ਗੁਣਵਾਚਕ ਵਿਸ਼ੇਸ਼ਣ ਜੀ ਤਿੰਨ ਤਰ੍ਹਾਂ ਦੇ ਹੁੰਦੇ ਨੇ ਨੈਕਸਟ ਕੁਐਸਚਨ ਹੈ ਹਿੱਟ ਲਿਖਿਆ ਚ ਕਿਹੜਾ ਸ਼ਬਦ ਗੁਣਵਾਚਕ ਵਿਸ਼ੇਸ਼ਣ ਨਹੀਂ ਤਾਂ ਗੁਣਵਾਚਕ ਵਿਸ਼ੇਸ਼ਣ ਨਹੀਂ ਦੱਸਣਾ ਸੀ ਜੀ ਇਹਨਾਂ ਚ ਗੁਣਵਾਚਕ ਵਿਸ਼ੇਸ਼ਣ ਸਾਡੇ ਕੋਲੇ ਸੱਤਵਾਂ ਜੋ ਸ਼ਬਦ ਲਿਖਿਆ ਇਹ ਨਹੀਂ ਹੈਗਾ ਕਿਉਂਕਿ ਸੁੰਦਰ ਵੀ ਗੁਣਵਾਚਕ ਹੈ ਉਹਦਾ ਗੁਣ ਹੈ ਚਲਾਕ ਵੀ ਉਹਦਾ ਗੁਣ ਹੈ ਪਤਲੀ ਇਹ ਵੀ ਉਹਦੀ ਕੁਆਲਿਟੀ ਹੈ ਚਾਹੇ ਉਹ ਨੈਗੇਟਿਵ ਹੋਵੇ ਚਾਹੇ ਪੋਜ਼ਿਟਿਵ ਹੋਵੇ ਤਾਂ ਸੈਕੰਡ ਆਪਸ਼ਨ ਇਹਦਾ ਕਰੈਕਟ ਆਪਸ਼ਨ ਜੀ ਨੈਕਸਟ ਕੁਐਸਚਨ ਹੈ ਹਿੱਟ ਲਿਖਿਆ ਚ ਕਿਹੜਾ ਸ਼ਬਦ ਨਿਸ਼ਚੇਵਾਚਕ ਵਿਸ਼ੇਸ਼ਣ ਨਹੀਂ ਨਿਸ਼ਚਿਤ ਨਹੀਂ ਹੈਗਾ ਮਤਲਬ ਪੱਕਾ ਨਹੀਂ ਸ਼ੋਰ ਨਹੀਂ ਉਹ ਜਦੋਂ ਅਸੀਂ ਕਹਿੰਦੇ ਆ ਉਹ ਖੜਾ ਹੈ ਤਾਂ ਇਹਦਾ ਮਤਲਬ ਨਿਸ਼ਚਿਤ ਤਾਂ ਸਾਡੇ ਸਾਹਮਣੇ ਹੈ ਕਈ ਅ ਮਤਲਬ ਕਹਿ ਲਓ ਕਈ ਵਿਦਿਆਰਥੀ ਆਏ ਨੇ ਠੀਕ ਹੈ ਉਹ ਖੇਡ ਰਿਹਾ ਹੈ ਐ ਐ ਮਤਲਬ ਤਾਂ ਜਿਹੜਾ ਇਹ ਤਿੰਨੇ ਸ਼ਬਦ ਤੱਕ ਇਹਨੇ ਨਿਸ਼ਚੇਵਾਚਕ ਜਿਹੜਾ ਕਈ ਸ਼ਬਦ ਹੈ ਉਹ ਨਿਸ਼ਚੇਵਾਚਕ ਨਹੀਂ ਹੈ ਕਈ ਦੇ ਵਿੱਚ ਸਾਨੂੰ ਨਹੀਂ ਪਤਾ ਲੱਗ ਰਿਹਾ ਕਿ ਕਿੰਨੇ ਆਏ ਨੇ ਕਨਫਰਮ ਨਹੀਂ ਪ੍ਰੋਪਰ ਨਹੀਂ ਹੈਗਾ ਇਹ ਤਾਂ ਨੈਕਸਟ ਕੁਐਸਚਨ ਕਿਹੜਾ ਵਿਦਿਆਰਥੀ ਜਿਹੜਾ ਬਿਨਾ ਪੜ੍ਹੇ ਫਰਸਟ ਆਉਂਦਾ ਹੈ ਤਾਂ ਕਿਹੜਾ ਕਿਹੜਾ ਕੀ ਹੈ ਜੀ ਇਹ ਸਾਡੇ ਕੋਲੇ ਪੜਨਾਵੀ ਵਿਸ਼ੇਸ਼ਣ ਹੈ ਕਿਹੜਾ ਵਿਦਿਆਰਥੀ ਹੈ ਦੱਸੋ ਕਿਹੜਾ ਹੈਗਾ ਠੀਕ ਹੈ ਤਾਂ ਨੇਕ ਇਨਸਾਨ ਮਿਹਨਤੀ ਲੜਕੀ ਕੋਰਾ ਕਾਗਜ਼ ਇਹਨਾਂ ਦੇ ਵਿੱਚ ਨੇਕ ਸ਼ਬਦ ਆਇਆ ਜਿਹੜਾ ਮਿਹਨਤੀ ਤੇ ਕੋਰਾ ਇਹ ਕੀ ਨੇ ਇਹ ਜੀ ਇੱਕ ਗੁਣਵਾਚਕ ਵਿਸ਼ੇਸ਼ਣ ਨੇ ਪਹਿਲਾ ਆਪਸ਼ਨ ਇਹਦਾ ਕਰੈਕਟ ਆਪਸ਼ਨ ਥੋੜਾ ਬਥੇਰਾ ਢੇਰ ਸਾਰਾ ਢੇਰ ਸਾਰਾ ਮਤਲਬ ਸ਼ਬਦ ਇਹ ਕੀ ਨੇ ਤਾਂ ਇਹ ਕੀ ਸਾਡੇ ਕੋਲੇ ਨੇ ਥੋੜਾ ਹੋਵੇ ਨਿਸ਼ਚੇ ਵਾਚਕ ਹੈ ਨਹੀਂ ਹੈ ਜੀ ਪਰਨਾਵੀ ਵਿਸ਼ੇਸ਼ਣ ਹੈਗਾ ਗੁਣਵਾਚਕ ਵਿਸ਼ੇਸ਼ਣ ਹੈਗਾ ਇਹ ਹੈਗਾ ਹੀ ਪ੍ਰਮਾਨਵਾਚਕ ਵਿਸ਼ੇਸ਼ਣ ਥੋੜਾ ਬਥੇਰਾ ਢੇਰ ਸਾਰਾ ਅਗਲਾ ਆਪਸ਼ਨ ਹੈ ਜੀ ਅਗਲਾ ਕੁਐਸਚਨ ਹੈ ਸਾਡੇ ਕੋਲੇ ਉਹ ਸ਼ਬਦ ਜਿਸ ਤੋਂ ਕਿਸੇ ਕੰਮ ਦਾ ਹੋਣਾ ਜਾਂ ਕਰਨਾ ਪ੍ਰਗਟ ਹੁੰਦਾ ਸਿੰਪਲ ਹੈ ਜੀ ਬਿਲਕੁਲ ਚੌਥਾ ਆਪਸ਼ਨ ਕਿਰਿਆ ਹੁੰਦਾ ਉਹ ਠੀਕ ਹੈ ਜੀ ਕਿਰਿਆ 8 ਪ੍ਰਕਾਰ ਦੀ ਹੁੰਦੀ ਹੈ ਕਿਰਿਆ ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਇਹ ਵੀ 8 ਪ੍ਰਕਾਰ ਦੇ ਹੁੰਦੇ ਆ ਜੀ ਚੌਥਾ ਆਪਸ਼ਨ கரੈਕਟ ਆਪਸ਼ਨ ਹੈ ਦਾ ਜਦੋਂ ਵਾਕ ਵਿੱਚ ਕਿਰਿਆ ਦੇ ਨਾਲ ਕਰਤਾ ਤੇ ਕਰਮ ਦੋਵੇਂ ਹੋਣ ਜਿਵੇਂ ਜਿਹੜਾ ਪੰਜਾਬੀ ਦੀ ਵਾਕ ਬਣਤਰ ਹੈ ਉਹਦੇ ਵਿੱਚ ਕਰਤਾ ਕਿਰਿਆ ਕਰਮ ਠੀਕ ਹੈ ਮਤਲਬ ਤਿੰਨ ਸ਼ਬਦ ਹੁੰਦੇ ਨੇ ਕਰਤਾ ਕਿਰਿਆ ਕਰਮ ਕਹ ਲਈਏ ਆਪਾਂ ਤੇ ਜਿਹੜਾ ਇੰਗਲਿਸ਼ 'ਚ ਹੈ ਸਬਜੈਕਟ ਪਲੱਸ ਵਰਬ ਪਲੱਸ ਸਬਜੈਕਟ ਉਹ ਗੱਲ ਤਾਂ ਉੱਥੇ ਹੀ ਹੁੰਦੀ ਹੈ ਬਸ ਜਿਹੜਾ ਇਹਨਾਂ ਦਾ ਮਤਲਬ ਗ੍ਰਾਮਰ ਦਾ ਜਿਹੜਾ ਲੈਂਗੁਏਜ ਦੇ ਹਿਸਾਬ ਨਾਲ ਇੰਗਲਿਸ਼ ਦੇ ਵਿੱਚ ਕੀ ਆਉਂਦਾ ਸਭ ਤੋਂ ਪਹਿਲਾਂ ਸਬਜੈਕਟ ਆ ਫਿਰ ਆਉਂਦੀ ਹੈ ਵਰਬ ਫਿਰ ਆਉਂਦਾ ਆਬਜੈਕਟ ਪੰਜਾਬੀ ਵਿੱਚ ਕੀ ਆਉਂਦਾ ਸਭ ਤੋਂ ਪਹਿਲਾਂ ਆਉਂਦਾ ਕਰਤਾ ਮਤਲਬ ਸਬਜੈਕਟ ਆਉਂਦਾ ਫਿਰ ਕੀ ਆਉਂਦਾ ਆਬਜੈਕਟ ਆਉਂਦਾ ਫਿਰ ਆਉਂਦੀ ਹੈ ਵਰਬ ਠੀਕ ਹੈ ਜੀ ਤਾਂ ਇੱਥੇ ਅਸੀਂ ਗੱਲ ਕਰ ਰਹੇ ਸੀਗੇ ਜੇਕਰ ਕਿਸੇ ਵੀ ਸੈਂਟੈਂਸ ਦੇ ਵਿੱਚ ਕਿਸੇ ਵੀ ਬਾਕ ਦੇ ਵਿੱਚ ਕਰਤਾ ਤੇ ਕਰਮ ਹੋਣ ਤਾਂ ਉਹਨਾਂ ਨੂੰ ਅਸੀਂ ਬੋਲਦੇ ਆ ਸਕਰਮਕ ਕਿਰਿਆ ਆਪਸ਼ਨ 2 ਜਿਹਦਾ ਕਰੈਕਟ ਆਪਸ਼ਨ ਨੈਕਸਟ ਕੁਐਸਚਨ ਹੈ ਜਿਸ ਵਾਕ ਚ ਕੇਵਲ ਕਰਤਾ ਹੋਵੇ ਇਕੱਲਾ ਸਬਜੈਕਟ ਹੋਵੇ ਇਕੱਲਾ ਕਰਤਾ ਹੋਵੇ ਕੰਮ ਕਰਨ ਵਾਲਾ ਹੋਵੇ ਜਾਂ ਜਿਸ ਤੇ ਕੰਮ ਹੋ ਰਿਹਾ ਉਹ ਹੋਵੇ ਇਕੱਲਾ ਠੀਕ ਹੈ ਮਤਲਬ ਜਿਹਦੀ ਵਾਰੇ ਗੱਲ ਕੀਤੀ ਜਾ ਰਹੀ ਹੈ ਤਾਂ ਉਹ ਹੁੰਦੀ ਹੈ ਜੀ ਅਕਰਮਕ ਕਿਰਿਆ ਯਾਨੀ ਕਿ 4th ਆਪਸ਼ਨ ਇਹਦਾ ਕਰੈਕਟ ਆਪਸ਼ਨ ਹੈ ਨੈਕਸਟ ਕੁਐਸਚਨ ਹੈ ਕਾਲ ਵਾਚਕ ਕਿਰਿਆ ਵਿਸ਼ੇਸ਼ਣ ਦੀ ਸਭ ਤੋਂ ਟੁਕਮੀ ਉਦਾਹਰਣ ਕਿਹੜੀ ਹੈ ਜਿੱਚ ਕਾਲ ਵਾਚਕ ਕਿਰਿਆ ਵਿਸ਼ੇਸ਼ਣ ਹੋਵੇ ਕਾਲ ਵਾਚਕ ਕਾਲ ਵਾਚਕ ਸਾਡੇ ਕੋਲੇ ਜੀ ਆਪਸ਼ਨ ਚੌਥਾ ਕਰੈਕਟ ਆਪਸ਼ਨ ਹੈ ਇਨਾਂ ਤੇ ਉਨਾਂ ਇਹ ਸਾਡਾ ਸਹੀ ਆਨਸਰ ਹੈ ਨੈਕਸਟ ਕੁਐਸਚਨ ਹੇਠ ਲਿਖਿਆ ਚ ਕਿਹੜਾ ਸ਼ਬਦ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਨਹੀਂ ਤਾਂ ਕਿਰਿਆ ਵਿਸ਼ੇਸ਼ਣ 8 ਪ੍ਰਕਾਰ ਦੇ ਹੁੰਦੇ ਆ ਉਹਨਾਂ ਚੋਂ ਦਾ ਇੱਕ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਤਾਂ ਅਸੀਂ ਦੱਸਣਾ ਇਹਨਾਂ ਚੋਂ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਕਿਹੜਾ ਨਹੀਂ ਹੈਗਾ ਠੀਕ ਹੈ ਬਾਰ ਬਾਰ ਤਾਂ ਸੰਖਿਆਵਾਚਕ ਬਾਰ ਬਾਰ ਹੋ ਰਿਹਾ ਹੈ ਕਈ ਵਾਰ ਜ਼ਰੂਰੀ ਕੜੀਮੁੜੀ ਤਾਂ ਜਿਹੜਾ ਜ਼ਰੂਰੀ ਹੈ ਉਹ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਨਹੀਂ ਹੈ ਸੈਕਿੰਡ ਆਪਸ਼ਨ ਇਹਦਾ ਕਰੈਕਟ ਆਪਸ਼ਨ ਨੈਕਸਟ ਕੁਐਸਚਨ ਹੈ ਹੇਠ ਲਿਖਿਆ ਚ ਕਿਹੜਾ ਸ਼ਬਦ ਪਰਕਾਰ ਬਾਚਕ ਕਿਰਿਆ ਵਿਸ਼ੇਸ਼ਣ ਨਹੀਂ ਹੈ ਬਾਚਕ ਕਿਰਿਆ ਵਿਸ਼ੇਸ਼ਣ ਨਹੀਂ ਹੈ ਜੀ ਬਾਚਕ वगैरह ਵਿਸ਼ੇਸ਼ਣ ਦਾ ਮਤਲਬ ਦੇਖੋ ਇੰਜ ਐਵੇਂ ਕਿਵੇਂ ਇਹ ਤਿੰਨੇ ਬਾਚਕ ਕਿਰਿਆ ਵਿਸ਼ੇਸ਼ਣ ਨੇ ਬੇਸ਼ੱਕ ਸ਼ਬਦ ਜਿਹੜਾ ਉਹ ਬਾਚਕ ਕਿਰਿਆ ਵਿਸ਼ੇਸ਼ਣ ਨਹੀਂ ਹੈ ਨੈਕਸਟ ਕੁਐਸਚਨ ਉਹ ਕਾਲੀ ਕਾਲੀ ਅੰਦਰ ਗਿਆ ਇਸ ਵਾਕ ਚ ਕਾਲੀ ਕਾਲੀ ਸ਼ਬਦ ਕੀ ਹੈ ਦੇਖੋ ਵਾਕ ਦੀ ਵੰਤਰ ਕੀ ਹੈ ਉਹ ਕਾਲੀ ਕਾਲੀ ਅੰਦਰ ਗਿਆ ਉਹ ਕੀ ਹੈ ਕਰਤਾ ਕਾਲੀ ਗਾਲੀ ਅਸੀਂ ਦੱਸਣਾ ਹੈ ਅੰਦਰ ਕੀ ਹੈ ਅੰਦਰ ਗਿਆ ਅੰਦਰ ਜਾਣਾ ਮਤਲਬ ਕਿਰਿਆ ਹੈਗੀ ਤਾਂ ਅੰਦਰ ਗਿਆ ਇਹ ਕਿਰਿਆ ਆ ਗਈ ਅੱਗੇ ਉਹਦੇ ਲੱਗਿਆ ਕਾਲੀ ਕਾਲੀ ਸ਼ਬਦ ਤਾਂ ਇਹ ਸਾਡੇ ਕੋਲੇ ਬਣ ਗਿਆ ਜੀ ਕਿਰਿਆ ਵਿਸ਼ੇਸ਼ਣ ਕਿਰਿਆ ਦੀ ਵਿਸ਼ੇਸ਼ਤਾ ਦੱਸ ਰਿਹਾ ਹੈਗਾ ਤਾਂ ਸੈਕਿੰਡ ਆਪਸ਼ਨ ਇਹਦਾ ਕਰੈਕਟ ਆਪਸ਼ਨ ਸਵੇਰੇ ਸ਼ਾਮੀ ਦੁਪਹਿਰੇ ਤੜਕੇ ਤਾਂ ਇਹ ਇੱਕ ਟਾਈਮ ਨੂੰ ਦੱਸ ਰਹੇ ਨੇ ਠੀਕ ਹੈ ਤੇ ਜਾਨੀ ਕਿ ਟਾਈਮ ਮਤਲਬ ਕਾਲ ਨੂੰ ਦੱਸ ਰਹੇ ਨੇ ਤਾਂ ਇਹ ਕਾਲ ਵਾਚਕ ਕਿਰਿਆ ਵਿਸ਼ੇਸ਼ਣ ਨੇ ਪਹਿਲਾ ਆਪਸ਼ਨ ਇਹਦਾ ਕਰੈਕਟ ਆਪਸ਼ਨ ਹੈ ਨੈਕਸਟ ਕੁਐਸਚਨ ਕਿਰਿਆ ਦੇ ਹੋਂਜਾ ਵਾਪਰਨ ਦਾ ਢੰਗ ਤਰੀਕਾ ਪ੍ਰਕਾਰ ਆਦ ਦਾ ਪਤਾ ਲੱਗਦਾ ਸਾਨੂੰ ਜੀ ਕਿੱਥੋਂ ਪਤਾ ਲੱਗਦਾ ਹੈ ਕਾਲ ਵਚ ਕਿਰਿਆ ਵਿਸ਼ੇਸ਼ਣ ਤੋਂ ਪਤਾ ਲੱਗਦਾ ਕਿਉਂਕਿ ਜਦੋਂ ਅਸੀਂ ਕਿਰਿਆ ਪੜ੍ਹਦੇ ਹਾਂ ਕਿਰਿਆ ਅਕਾਦੋਂ ਹੋਈ ਮਤਲਬ ਠੀਕ ਹੈ ਜੀ ਤਾਂ ਨੈਕਸਟ ਕੁਐਸਚਨ ਆਪਣੇ ਕੋਲੇ ਹੇਠ ਲਿਖਿਆ ਚ ਕਿਹੜਾ ਸ਼ਬਦ ਕਿਰਿਆ ਵਿਸ਼ੇਸ਼ਣ ਨਹੀਂ ਹੈ ਕਿਰਿਆ ਦੀ ਵਿਸ਼ੇਸ਼ਤਾ ਦੱਸਣ ਵਾਲਾ ਨਹੀਂ ਹੈ ਤਾਂ ਕਿਰਿਆ ਦੀ ਵਿਸ਼ੇਸ਼ਤਾ ਦੱਸਣ ਵਾਲਾ ਹੀ ਫਿਰ ਵੀ ਸ਼ਬਦ ਨਹੀਂ ਹੈ ਫਿਰ ਵੀ ਜਿਹੜਾ ਸ਼ਬਦ ਹੈ ਉਹ ਜ਼ਿਆਦਾਤਰ ਜੋਜਕ ਦੇ ਤੌਰ 'ਤੇ ਰੂਪ ਚ ਵਰਤਿਆ ਜਾਂਦਾ ਹੈ ਜੋੜਦਾ ਦੋ ਵਾਕਾਂ ਨੂੰ ਠੀਕ ਹੈ ਤੇ ਪਹਿਲਾ ਆਪਸ਼ਨ ਇਹਦਾ ਕਰੈਕਟ ਆਪਸ਼ਨ ਹੈ ਅੱਗੇ ਜੀ ਬੇਸ਼ੱਕ ਬਿਲਕੁਲ ਜਰੂਰ ਇਹ ਸ਼ਬਦ ਕੀ ਨੇ ਦੇਖੋ ਇਹਨਾਂ ਐਗਜ਼ਾਮਪਲ ਦੇ ਤੌਰ ਤੇ ਦੇਖੀਏ ਜੇ ਇਹਨਾਂ ਚ ਕੋਈ ਸ਼ਬਦ ਲੈ ਲਓ ਜਰੂਰ ਲੈ ਲਿਆ ਇੱਕ ਸ਼ਬਦ ਇਹਨਾਂ ਚੋਂ ਵੀ ਮੈਂ ਜਰੂਰ ਪੜਾਂਗਾ ਤਾਂ ਮੈਂ ਜਰੂਰ ਪੜਾਂਗਾ ਪੜਾਂਗਾ ਕਿ ਇੱਕ ਕਿਰਿਆ ਹੈ ਉਹਦੇ ਅੱਗੇ ਸ਼ਬਦ ਆ ਗਿਆ ਜਰੂਰ ਤਾਂ ਮੈਂ ਜਰੂਰ ਪੜਾਂਗਾ ਕਿਰਿਆ ਵਿਸ਼ੇਸ਼ਣ ਹੈ ਸੈਕੰਡ ਆਪਸ਼ਨ ਇਹਦਾ ਕਰੈਕਟ ਆਪਸ਼ਨ ਨੈਕਸਟ ਕੁਐਸਚਨ ਹੈ ਜੀ ਹੇਠ ਲਿਖਿਆ ਚ ਕਿਹੜਾ ਸ਼ਬਦ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਨਹੀਂ ਹੈ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਨਹੀਂ ਹੈ ਤਾਂ ਸਥਾਨ ਕਿੱਥੇ ਹੈ ਹੇਠਾਂ ਅੰਦਰ ਇੱਥੇ ਇਹਦਾ ਸਥਾਨਵਾਚਕ ਨੂੰ ਰਿਪਰੈਜ਼ੈਂਟ ਕਰਦੇ ਆ ਆਪਸ਼ਨ ਜਿਹੜਾ 4th ਹੈ ਲਗਾਤਾਰ ਇਹ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਨਹੀਂ ਹੈ ਜੀ ਅਗਲਾ ਕੁਐਸਚਨ ਹੈ ਸਾਡੇ ਕੋਲੇ ਉਹ ਸੰਤੰਤਰ ਵਾਕ ਜਿਸ ਵਿੱਚ ਕਿਰਿਆ ਹੁੰਦੀ ਹੈ ਉਸ ਨੂੰ ਕੀ ਕਹਿੰਦੇ ਨੇ ਜਿਸ ਵਿੱਚ ਕਿਰਿਆ ਹੁੰਦੀ ਹੈ ਉਹ ਹੁੰਦਾ ਜੀ ਸਧਾਰਨ ਵਾਕ ਅੱਗੇ ਜੀ ਸਾਡੇ ਕੋਲੇ ਸੰਬੰਧਕ ਕਿੰਨੀ ਪ੍ਰਕਾਰ ਦੇ ਹੁੰਦੇ ਆ ਤਾਂ ਯਾਦ ਰੱਖਣਾ ਤੁਸੀਂ ਸੰਬੰਧਕ ਹੁੰਦੇ ਆ ਜੀ ਤਿੰਨ ਪ੍ਰਕਾਰ ਦੇ ਪਹਿਲਾ ਆਪਸ਼ਨ ਇਹਦਾ ਕਰੈਕਟ ਆਪਸ਼ਨ ਜਿਹੜੇ ਸ਼ਬਦ ਸ਼ਬਦਾਂ ਜਾਂ ਵਾਕਾਂ ਨੂੰ ਜੋੜਦੇ ਨੇ ਉਹਨਾਂ ਨੂੰ ਬੋਲਦਿਆਂ ਸੀ ਜੀ ਜੋਜਕ ਕੀ ਬੋਲਿਆ ਜਾਂਦਾ ਉਹਨਾਂ ਨੂੰ ਜੋਜਕ ਬੋਲਿਆ ਜਾਂਦਾ ਜੋਜਕ ਜੋਜਕ ਠੀਕ ਹੈ ਜੀ ਤਾਂ ਆਪਸ਼ਨ ਕਿਹੜਾ ਸਹੀ ਹੈ ਜੀ ਸਾਡੇ ਕੋਲੇ फोर्थ ਆਪਸ਼ਨ ਇਹਦਾ ਕਰੈਕਟ ਆਪਸ਼ਨ ਹੋ ਗਿਆ ਜੀ ਨੈਕਸਟ ਕੁਐਸਚਨ ਹੈ ਸਾਡੇ ਕੋਲੇ ਜੋਜਕ ਕਿੰਨੇ ਪ੍ਰਕਾਰ ਦੇ ਹੁੰਦੇ ਆ ਜੋਜਕ ਦੋ ਪ੍ਰਕਾਰ ਦੇ ਹੁੰਦੇ ਆ ਜੀ ਸੰਬੰਧਕ ਤਿੰਨ ਪ੍ਰਕਾਰ ਦੇ ਹੁੰਦੇ ਆ ਅਗਲਾ ਕੁਐਸਚਨ ਜੀ ਜੇ ਤੁਸੀਂ ਮੇਰਾ ਭਲਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਉਹ ਨਹੀਂ ਵਾਸਤੇ ਨੇ ਹੋਰ ਸੀ ਕੁਝ ਜੇ ਤੁਸੀਂ ਮੇਰਾ ਭਲਾ ਚਾਹੁੰਦੇ ਹੋ ਤਾਂ ਮੇਰੀ ਸਹਾਇਤਾ ਕਰੋ ਇਸ ਵਾਕ ਵਿੱਚ ਜੇ ਸ਼ਬਦ ਕੀ ਹੈਗਾ ਤਾਂ ਦੇਖੋ ਜੀ ਜੇ ਸ਼ਬਦ ਸਨਾਂ ਜੇ ਤੁਸੀਂ ਮੇਰਾ ਭਲਾ ਚਾਹੁੰਦੇ ਹੋ ਤਾਂ ਮੇਰੀ ਸਹਾਇਤਾ ਕਰੋ ਦੇ ਵਿੱਚ ਕੀ ਹੈ ਜੀ ਜੇ ਸ਼ਬਦ ਸ਼ਰਤਵਾਚਕ ਜੋਜਕ ਹੈ ਤਾਂ ਪਹਿਲਾ ਆਪਸ਼ਨ ਇਹਦਾ ਕਰੈਕਟ ਆਪਸ਼ਨ ਤਾਂ ਇਸ ਤੋਂ ਬਾਅਦ ਵਾਲਾ ਕੁਐਸਚਨ ਹੈ ਜੀ ਭਾਵੇਂ ਉਹ ਗੱਭਰੂ ਆ ਫਿਰ ਵੀ ਡਰਪੋਕ ਹੈ ਇਸ ਵਾਕ ਚ ਭਾਵੇਂ ਤੇ ਫਿਰ ਵੀ ਸ਼ਬਦ ਕੀ ਨੇ ਤਾਂ ਅਸੀਂ ਦੇਖਿਆ ਸੀ ਪਿੱਛੇ ਜ ਆਇਆ ਸੀ ਇੱਕ ਕੁਐਸਚਨ ਤੇ ਫਿਰ ਵੀ ਸ਼ਬਦ ਤੇ ਭਾਵੇਂ ਇਹ ਕੀ ਨੇ ਜੀ ਜੋਜਕ ਨੇ ਇਹ ਜੋੜਨ ਵਾਲੇ ਨੇ ਪਹਿਲਾ ਆਪਸ਼ਨ ਹੈ ਜਿਹੜਾ ਬਿਲਕੁਲ ਕਰੈਕਟ ਆਪਸ਼ਨ ਹੈ ਇਹ ਦੋ ਵਾਕਾਂ ਨੂੰ ਜੋੜ ਰਹੇ ਨੇ ਉਹ ਗੱਭਰੂ ਹੈ ਉਹ ਡਰਪੋਕ ਹੈ ਤਾਂ ਇਹਨਾਂ ਦੇ ਨਾਲ ਜੋਜਕ ਸ਼ਬਦ ਯੂਜ਼ ਕੀਤਾ ਗਿਆ ਠੀਕ ਹੈ ਜੀ ਪਹਿਲਾ ਆਪਸ਼ਨ கரੈਕਟ ਆਪਸ਼ਨ ਹੈ ਉਹ ਸ਼ਬਦ ਜਿਹੜੇ ਕਿਸੇ ਨੂੰ ਬੁਲਾਉਣ ਜਾਂ ਮਨ ਦੇ ਕਿਸੇ ਭਾਵ ਖੁਸ਼ੀ ਗਮੀ ਹੈਰਾਨੀ ਆਦ ਨੂੰ ਪ੍ਰਗਟ ਕਰਨ ਲਈ ਆਪ ਮਾਰੇ ਮੂੰਹੋਂ ਨਿਕਲ ਜਾਣ ਉਹਨਾਂ ਨੂੰ ਬਿਸਮਿਕ ਆਖਿਆ ਜਾਂਦਾ ਹੈ ਸੈਕੰਡ ਆਪਸ਼ਨ ਇਹਦਾ கரੈਕਟ ਆਪਸ਼ਨ ਇਹਨਾਂ ਵਿੱਚੋਂ ਕਿਹੜਾ ਸ਼ਬਦ ਬਿਸਮਿਕ ਨਹੀਂ ਹੈ ਜੀ ਬਿਸਮਿਕ ਦੇਖੋ ਖਬਰਦਾਰ ਹੈ ਉਹ ਇਹ ਤਿੰਨੇ ਬਿਸਮਿਕ ਨਹੀਂ ਕਿਉਂਕਿ ਸ਼ਬਦ ਬਿਸਮਿਕ ਨਹੀਂ ਹੈ ਇਕਾ ਜੋਜਕ ਦੇ ਤੌਰ ਤੇ ਵਰਚਾਇਆ ਜਾਂਦਾ ਸ਼ਬਦ ਹੈ ਮੋਸਟਲੀ ਨੈਕਸਟ ਕੁਐਸਚਨ ਪ੍ਰਯੋਗ ਅਨੁਸਾਰ ਪੰਜਾਬੀ ਵਿੱਚ ਸ਼ਬਦ ਪੇਧ ਸ਼ਬਦ ਪੇਧ ਨੂੰ ਬੋਲਿਆ ਜਾਂਦਾ ਪਾਰਟਸ ਆਫ ਸਪੀਚ ਜਾਨੀ ਕਿ ਜਿਵੇਂ ਅੰਗਰੇਜ਼ੀ ਵਿੱਚ ਦੇਖਦੇ ਅਸੀਂ ਤਾਂ ਕਿੰਨੇ ਤਰ੍ਹਾਂ ਦੇ ਹੁੰਦੇ ਆ 8 ਤਰ੍ਹਾਂ ਦੇ ਹੁੰਦੇ ਆ ਕਿਹੜੇ ਕਿਹੜੇ ਨਾਮ ਪੜਨਾਮ ਕਿਰਿਆ ਕਿਰਿਆ ਵਿਸ਼ੇਸ਼ਣ ਜੋਜਕ ਸਬੰਧਕ ਇਸ ਤਰ੍ਹਾਂ ਦੇ ਬਿਸਮਿਕ ਠੀਕ ਹੈ ਅਗਲਾ ਕੁਐਸਚਨ ਹੈ ਸਾਡੇ ਕੋਲੇ ਬਣਤਰ ਅਨੁਸਾਰ ਪੰਜਾਬੀ ਵਿੱਚ ਵਾਕ ਦੀਆਂ ਕਿੰਨੀਆਂ ਕਿਸਮਾਂ ਨੇ ਵਾਕ ਦੀਆਂ ਕਿਸਮਾਂ ਬੰਤਰ ਦੇ ਅਨੁਸਾਰ ਦੱਸਣਾ ਜੀ ਬੰਤਰ ਦੇ ਅਨੁਸਾਰ ਤਿੰਨ ਕਿਸਮਾਂ ਨੇ ਉਧਾਰਨ ਵਾਕ ਹੋ ਗਏ ਮਿਸ਼ਰਤ ਵਾਕ ਹੋ ਗਏ ਸੰਯੁਕਤ ਵਾਕ ਹੋ ਗਏ 3rd ਆਪਸ਼ਨ ਇਹਦਾ ਕਰੈਕਟ ਆਪਸ਼ਨ ਨੈਕਸਟ ਕੁਐਸਚਨ ਆ ਵਾਕ ਚ ਕੰਮ ਕਰਨ ਵਾਲੇ ਨਾਮ ਜਾਂ ਪੜਨਾਮ ਨੂੰ ਕੀ ਕਿਹਾ ਜਾਂਦਾ ਹੈ ਕਰਤਾ ਕਾਰਕ ਕਿਹਾ ਜਾਂਦਾ ਹੈ ਕਰਤਾ ਕਾਰਕ 2nd ਆਪਸ਼ਨ ਇਹਦਾ ਕਰੈਕਟ ਆਪਸ਼ਨ ਅਗਲਾ ਕੁਐਸਚਨ ਆ ਸ਼ਬਦਾਂ ਦੀ ਸ਼੍ਰੇਣੀ ਵੰਡ ਰੂਪਾਂਤਰਕ ਰਚਨਾ ਅਤੇ ਵਰਤੋਂ ਦੇ ਨਿਯਮਾਂ ਨੂੰ ਵਿਆਕਰਨ ਚ ਕੀ ਕਿਹਾ ਜਾਂਦਾ ਹੈ ਤਾਂ ਸ਼ਬਦਾਂ ਦੀ ਗੱਲ ਹੋ ਰਹੀ ਆ ਤਾਂ ਸ਼ਬਦ ਕੋਸ਼ ਕਿਹਾ ਜਾਂਦਾ ਹੈ ਠੀਕ ਹੈ ਨੇ ਸ਼ਬਦ ਕੀ ਕਿਹਾ ਜਾਂਦਾ ਹੈ ਚ ਆਪਣੇ ਕੋਲੇ ਸ਼ਬਦ ਬੋਧ ਕਿਹਾ ਜਾਂਦਾ ਹੈ ਤਾਂ ਇਹ ਸਾਡੇ ਕੋਲੇ ਕੁਐਸਚਨ ਸੀ ਕੁਝ ਇੰਪੋਰਟੈਂਟ ਪੰਜਾਬੀ ਦੇ ਤਾਂ ਜੋ ਕਿ ਆਉਣ ਵਾਲੇ ਪੇਪਰਾਂ ਚ ਤੁਹਾਨੂੰ ਇਹਨਾਂ ਚੋਂ ਕਾਫੀ ਕੁਐਸਚਨ ਦੇਖਣ ਨੂੰ ਮਿਲਣਗੇ ਪੰਜਾਬੀ ਈਟੀਟੀ ਸਕਰੀਨਿੰਗ ਟੈਸਟ ਜਾਂ ਫਿਰ ਮਾਸਟਰ ਗ੍ਰੇਡਰ ਪੰਜਾਬੀ ਦੇ ਵਿੱਚ ਤਾਂ ਇਸ ਤਰ੍ਹਾਂ ਦੇ ਕੁਐਸਚਨ ਅਸੀਂ ਵੀਡੀਓ ਦੇ ਵਿੱਚ ਤੁਹਾਨੂੰ ਦਿੰਦੇ ਰਹਾਂਗੇ ਥੈਂਕਸ ਫॉर ਵਾਚਿੰਗ